ਸ਼ਬਦ ਗੁਰੂ ਦੇ ਪੁਜਾਰੀ ਆ, ਨਿਰੰਕਾਰ ਦੇ ਪੁਜਾਰੀ ਆ, ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਆ। ਸਿੱਖ ਕਿਸੇ ਵੀ ਰੂਪ ਦੇ ਵਿੱਚ ਬੁੱਤ ਪ੍ਰਸਤੀ ਮੂਰਤੀ ਪੂਜਾ ਨਹੀਂ ਕਰਦੇ ਅਤੇ ਨਾ ਅਸੀਂ ਇਹਦੇ ਹਮਾਇਤੀ ਹਾਂ। ਜਿਨ੍ਹਾਂ ਦਾ ਧਰਮ ਆ ਮੂਰਤੀ ਪੂਜਾ ਕਰਨਾ, ਉਹ ਕਰਨ, ਉਹਨਾਂ ਨੂੰ ਮੁਬਾਰਕ ਆ। ਪਰ ਸਿੱਖ ਮੂਰਤੀ ਪੂਜਾ 'ਚ ਕਿਸੇ ਵੀ ਕੀਮਤ 'ਤੇ ਵਿਸ਼ਵਾਸ ਨਹੀਂ ਰੱਖਦਾ। ਸਿਧਾਂਤਕ ਤੌਰ 'ਤੇ ਸਿੱਖਾਂ ਦੀ ਜਿਹੜੀ ਵਿਲੱਖਣ ਹੋਂਦ ਅਸਤੀ ਅਤੇ ਪਹਿਚਾਣ ਆ, ਉਹ ਇਸ ਗੱਲ 'ਤੇ ਨਿਰਭਰ ਆ ਕਿ ਸਿੱਖ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਆ। ਉਹ ਨਿਰਗੁਣ ਸਰੂਪ ਆ, ਸਰਵ ਵਿਆਪਕ ਆ, ਅਤੇ ਸਰਵ ਵਿਆਪਕ ਦੀ ਜਿਹੜੀ ਉਪਾਸਨਾ ਵਾ ਉਹ ਆਕਾਰ ਦੇ ਵਿੱਚ ਕੀਤੀ ਹੀ ਨਹੀਂ ਜਾ ਸਕਦੀ। ਇਹ ਜਿਹੜੀ ਵਪਾਰਕ ਬਿਰਤੀ ਕਾਰਨ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਣਾ ਕੇ ਮਾਰਕੀਟ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ, ਜਾਂ ਕਦੇ ਕਦੇ ਜਿੱਦਾਂ ਗੁਜਰਾਤ 'ਚ ਸਥਾਪਿਤ ਕੀਤੀ ਗਈ ਆ, ਇਹ ਬਹੁਤ ਦੁਖਦਾਈ ਪਹਿਲੂ ਆ। ਅਸੀਂ ਜਿੱਥੇ ਇਸ ਕਾਰਜ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ, ਉੱਥੇ ਨਾਲ ਦੀ ਨਾਲ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਜਥੇਬੰਦਕ ਹੋ ਕੇ ਧਾਰਮਿਕ ਸਮਾਜਿਕ ਸਭਾ ਸੁਸਾਇਟੀਆਂ ਸਾਰੀਆਂ ਦੀ ਸਾਰੀਆਂ ਹੀ ਅਸੀਂ ਜਥੇਬੰਦਕ ਹੋ ਕੇ ਸਿਧਾਂਤ ਰੂਪ ਦੇ ਵਿੱਚ ਪ੍ਰਚਾਰ ਕਰੀਏ ਕਿ ਸਿੱਖ ਕਿਸੇ ਵੀ ਰੂਪ 'ਚ ਮੂਰਤੀਆਂ ਦਾ ਪੁਜਾਰੀ ਨਹੀਂ ਹੈਗਾ, ਅਤੇ ਨਾ ਹੀ ਸਾਨੂੰ ਕਿਸੇ ਕਿਸਮ ਦੀ ਮੂਰਤੀ ਜਿਹੜੀ ਆ ਬਾਜ਼ਾਰ 'ਚੋਂ ਖਰੀਦਣੀ ਚਾਹੀਦੀ ਆ, ਨਾ ਘਰਾਂ 'ਚ ਲਾਉਣੀ ਚਾਹੀਦੀ ਆ, ਨਾ ਉਪਾਸਨਾ ਕਰਨੀ ਚਾਹੀਦੀ ਆ। ਇਹਦੇ ਨਾਲ ਅਸੀਂ ਸਿੱਖ ਸਿਧਾਂਤਾਂ ਨਾਲੋਂ ਟੁੱਟਦੇ ਹਾਂ, ਸਿੱਖੀ ਦੇ ਵਿਰੋਧ 'ਚ ਜਾਂਦੇ ਹਾਂ। ਸਿੱਖ ਦੁਸ਼ਮਣ ਤਾਕਤਾਂ ਜਿਹੜੀਆਂ ਨੇ ਉਹ, ਕਿਉਂਕਿ ਸਿੱਖ ਮਾਈਕਰੋ ਮਿਨੋਰਟੀ 'ਚ ਨੇ, ਇਹਨਾਂ 'ਤੇ ਹਰ ਪੱਧਰ 'ਤੇ ਹਮਲੇ ਹੋ ਰਹੇ ਨੇ, ਪਹਿਚਾਣ 'ਤੇ ਹੋ ਰਹੇ ਨੇ, ਦਸਤਾਰ 'ਤੇ ਹੋ ਰਹੇ ਨੇ, ਕਕਾਰਾਂ 'ਤੇ ਹੋ ਰਹੇ ਨੇ, ਵਿਚਾਰਧਾਰਾ 'ਤੇ ਹੋ ਰਹੇ ਨੇ। ਇਹ ਇੱਕ ਬਹੁਤ ਮਾਰੂ ਹਮਲਾ ਵਾ ਸਿੱਖੀ 'ਤੇ। ਦੇਖੋ, ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ, ਉਹ ਮੂਰਤੀ ਅੱਜ ਹਟਾ ਦਿੱਤੀ ਜਾਣੀ ਆ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਜੈਂਟਮੈਂਟ ਸ਼ੋਅ ਕਰਨ ਦੇ ਨਾਲ, ਤਿੱਖਾ ਵਿਰੋਧ ਕਰਨ ਦੇ ਨਾਲ, ਉਹ ਅੱਜ ਮੂਰਤੀ ਹਟਾਈ ਜਾ ਰਹੀ ਆ। ਜਦੋਂ ਵੀ ਮੈਨੂੰ ਕਨਫਰਮ ਹੋ ਗਿਆ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਾਂਗਾ, ਪਰ ਮੈਨੂੰ ਇਨਫੋਰਮੇਸ਼ਨ ਮਿਲੀ ਆ ਕਿ ਅੱਜ ਮੂਰਤੀ ਹਟਾਈ ਜਾ ਰਹੀ ਆ।